ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਕੀ ਹਾਲ ਕਾਇਮ ਆ ਜੀ। ਤਾਂ ਜਿਵੇਂ ਕਿ ਤੁਹਾਨੂੰ ਪਤਾ ਵੀ ਬਾਈ ਕਨੇਡਾ ਛੱਡ ਤਾਂ ਇੰਡੀਆ ਦੇ ਵਿੱਚ ਬਣਾ ਦਿੱਤਾ ਫਾਰਮ, ਅਤੇ ਫਾਰਮ ਦੇ ਉੱਤੇ ਤਾਂ ਬਾਈ ਹੁਣ ਨਵੇਂ ਫਾਰਮ ਦੇ ਉੱਤੇ ਕੰਮ ਕਰਦਾ, ਕਿਉਂਕਿ ਕਾਫੀ ਹੁਣ ਜਿਹੜਾ ਮਤਲਬ ਥਾਂ ਜਿਹੜਾ ਪਲੈਨ ਆ ਕੀਤਾ ਵੀਰ ਨੇ ਫਾਰਮ ਦਾ ਕੀਤਾ, ਅਤੇ ਬਾਈ ਨੇ ਇਹੀ ਪਲੈਨ ਕੀਤਾ ਵੀ ਹੁਣ ਨਹੀਂ ਜਾਣਾ ਯਾਰ, ਛੱਡੋ ਬਹੁਤ ਹੋ ਗਿਆ। ਤਾਂ ਬਾਈ ਦਾ ਸ਼ੌਂਕ ਦਿਖਾਉਣੇ ਨਾਲ ਨਾਲ ਜਿਹੜਾ ਹੁਣ ਮੱਝਾਂ ਦਾ ਫਾਰਮ ਬਹੁਤ ਵਧਾਉਂਦੇ ਆ, ਪਰਲੀ ਸਾਈਡ 'ਤੇ ਜਗ੍ਹਾ ਵੀ ਤੁਹਾਨੂੰ ਦਿਖਾਵਾਂਗੇ, ਕਾਫੀ ਜ਼ਿਆਦਾ ਜਿਹੜਾ ਵਧੀਆ ਕੰਮ ਕਰੀ ਜਾਂਦੇ ਆ। ਅਤੇ ਬਾਕੀ ਜਿਹੜੀਆਂ ਘੋੜੀਆਂ ਘੋੜੀਆਂ ਵੀ ਬਾਈ ਦੇ ਕੋਲ ਟੌਪ ਤੋਂ ਟੌਪ ਹੈ, ਤਾਂ ਗੁਰਕਰਨ ਸਿੰਘ ਹੈ, ਤਾਂ ਵੀਰ ਦਾ ਨਾਮ 'ਤੇ ਥੋੜ੍ਹੀ ਸੱਟ ਵੱਜ ਗਈ ਸੀ ਆਹ ਹੁਣ, ਤਾਂ ਉਹ ਵੀਰ ਵਾਕਰ 'ਤੇ ਖੜ੍ਹਾ, ਥੋੜ੍ਹੀ ਜਿਹੀ ਲੱਤ 'ਤੇ ਲੱਗ ਗਈ ਸੀ ਸੱਟ। ਤਾਂ ਇਸ ਕਰਕੇ ਤਾਂ ਅੱਜ ਇਹਦੇ ਸ਼ੌਂਕ ਬਾਰੇ ਤੁਹਾਨੂੰ ਦੱਸਦੇ ਹਾਂ, ਅਤੇ ਨਾਲੇ ਇੱਕ ਮਿਸਾਲ ਹੈ, ਠੀਕ ਹੈ। ਨਹੀਂ ਹਰ ਬੰਦਾ ਕਹਿੰਦਾ ਵੀ ਮੈਂ ਛੇਤੀ ਜਾਣਾ ਜਾਣਾ, ਤਾਂ ਨਹੀਂ ਭਰਾਵਾਂ ਨੇ ਵੀ ਦੇਖੋ ਵੀ ਆਪਦਾ ਜਿਹੜਾ ਧੰਦਾ ਇੱਥੇ ਰਹਿ ਕੇ ਵਧਾਉਣ ਦੀ ਕੀਤਾ ਵੀ ਆਪਾਂ ਜਿਹੜਾ ਆਪਦੇ ਘਰ ਰਹਿ ਕੇ ਅਤੇ ਇੱਥੇ ਜਾ ਕੇ ਵੀ ਵੱਡਾ ਕੰਮ ਕਰੀਏ, ਨਾਲ ਨਾਲ ਜਿਹੜੀਆਂ ਮੱਝਾਂ ਦਾ ਕੰਮ ਹੈ, ਨਾਲ ਘੋੜੀਆਂ ਦਾ ਕੰਮ ਹੈ। ਤਾਂ ਜੇ ਆਪਾਂ ਗੱਲ ਕਰੀਏ ਘੋੜੀਆਂ ਤੋਂ ਵੀ ਬਹੁਤ ਜ਼ਬਰਦਸਤ ਅਤੇ ਬਹੁਤ ਸੋਹਣੀਆਂ, ਤਾਂ ਤੁਸੀਂ ਦੇਖ ਸਕਦੇ ਆਹ ਘੋੜਾ ਘੋੜੀ ਹੈ ਬਾਈ, ਘੋੜੀਆਂ ਹੈ ਨਾ, ਹੈ ਨਾ, ਘੋੜਾ ਹੀ ਲੱਗਦਾ ਕੜੀ ਖੜਾ ਹੈ, ਤਾਂ ਹੀ ਮੈਂ ਕਹਾਂ ਨਹੀਂ ਕਿਦਾਂ ਹੀ ਪੁੱਛਿਆ। ਅਤੇ ਆਹ ਦੇਖ ਸਕਦੇ ਹਾਂ ਜੀ ਤੁਸੀਂ, ਇਹ ਇਹਦੀ ਇਹਦੀ ਹੈਟਕ ਨਹੀਂ ਹੋਊਗੀ ਜੀ, ਚੌਂਹਠ ਤੋਂ ਬਾਹਰ ਹੈ, ਨੂਰੇ ਬਾਕਰਪੁਰ ਵਾਲੀ ਦੀ ਬੱਚੀ ਹੈ, 64 ਪਲੱਸ ਕੱਦ ਹੈ ਇਹਦਾ, ਤਾਂ ਸਪੋਰਟਲੈਸ ਹੈ, ਕੋਈ ਸਪੋਰਟ ਨਹੀਂ। ਅਤੇ ਆਹ ਬੱਚਾ ਨਾਲ ਵੇਚਣਾ ਸਾਢੇ 5 ਮਹੀਨੇ ਦਾ। ਅੱਛਾ, ਇਹ ਇਹਦਾ ਬੱਚਾ ਹੀ ਹੈ, ਸਾਢੇ 5 ਮਹੀਨਿਆਂ ਦਾ ਹੋ ਗਿਆ। ਬਾਦਲ ਸੰਘਰੇੜੀ ਵਾਲੇ ਘੋੜੇ ਦਾ। ਅੱਛਾ, ਬਾਦਲ ਸੰਘਰੇੜੀ ਵਾਲੇ ਘੋੜੇ ਦਾ, ਇਹ 5.5 ਮਹੀਨਿਆਂ ਦਾ ਹੋ ਗਿਆ। ਹਾਂਜੀ, ਓਕੇ ਵੀਰੇ, ਇਹਦੇ ਵੀ ਦਾਗ ਕੋਈ ਨਹੀਂ ਨਾ ਘੋੜੀ ਦੇ ਦਾਗ। ਅੱਛਾ, ਇਹ ਵੀ ਸਪੋਰਟਲੈਸ ਹੀ ਹੈ, ਇਹਦੇ ਜਾਨੀ ਕਿ ਵੀ। ਅੱਛਾ, ਹੁਣ ਦਾਗ ਦੂਗ ਨਹੀਂ ਆਉਂਦਾ ਹੁੰਦਾ ਇਸ ਤੋਂ ਬਾਅਦ, ਕੋਈ ਦਾਗ ਨਹੀਂ। ਓਕੇ, ਬਾਕੀ ਘੋੜੀ ਤਾਂ ਬਾਕੀ ਘੋੜਿਆਂ ਦਾ ਭੁਲੇਖਾ ਪਾਉਂਦੀ ਹੈ, ਤਾਂ ਹੀ ਮੈਂ ਪੁੱਛਿਆ, ਮੈਂ ਘੋੜਾ ਘੋੜੀ ਹੈ ਨਾ, ਬਾਅਦ ਚੱਕ ਨੇ ਦੱਸਿਆ ਵੀ ਘੋੜੀ ਹੈ। ਅਤੇ ਉਦੋਂ ਬਾਅਦ ਇਹ ਗਰੜੀ ਚੰਬੀ ਆ ਗਈ। ਹਾਂਜੀ, ਇਹ ਗਰੜੀ ਚੰਬੀ। ਇਹ ਕਿਹੜੀ ਦੀ ਆ ਗਈ ਆਪ? ਇਹ ਪਿੱਛੋਂ ਹੀ ਆ, ਪੁਰਾਣੀ ਘੋੜੀ। ਅੱਛਾ, ਪੁਰਾਣੀ ਆ, ਅੱਛਾ, 35 ਦੇ ਰੇਵੇ ਚਾਲ ਤੁਰਦੀ ਰਹਿੰਦੀ ਹੈ। ਤਾਂ ਜਿਹੜੀ ਇਹ ਦੂਜੀ ਆ ਗਈ ਨੌਕਰੀ, ਫਿਰ ਅੱਛਾ ਮਿੰਟੂ ਵਾਲੇ ਸਮੁੰਦਰ ਦੀ ਘੋੜੀ ਆ ਗਈ, ਤੇ ਹੁਣ ਇਹ ਗੱਭਣ ਨਹੀਂ ਮਿਲਾਉਣੀ 25 ਤਰੀਕ ਨੂੰ। ਅੱਛਾ ਜੀ, ਇਹ ਮਿਲਾਉਣੀ ਹੈ ਜੀ ਆਪਾਂ 25 ਤਰੀਕ, ਬੱਚਾ ਹੁਣੇ ਦਿੱਤਾ ਜੀ। ਅੱਛਾ ਜੀ, ਅੱਛਾ, ਠੀਕ ਹੈ ਜੀ, ਆਪਾਂ ਦਿੱਤਾ ਇਹਦਾ ਬੱਚਾ ਗਾ। ਤਾਂ ਅੰਕਲ ਜੀ, ਇਹ ਗੱਲ ਕਰੀਏ ਘੋੜੀ ਦੀ, ਅੱਛਾ ਇਹਨੂੰ ਅੱਖਾਂ ਦੇ ਉੱਤੇ ਆਹ ਘੋੜੀ ਨੂੰ ਜਮੀ ਨਹੀਂ ਦਿੰਦਾ? ਹਾਂ, ਅੱਖਾਂ ਬਣ ਗਈਆਂ ਨੇ ਕੁਦਰਤੀ ਤੌਰ ਤੇ, ਦਿਖਾ ਦੇ। ਅੱਛਾ ਵੀ ਇਹ, ਅੱਛਾ ਜਮਾਂਦਰੂ, ਜਮਾਂਦਰੂ ਲੱਗਦੇ ਨੇ। ਓਕੇ, ਅੱਛਾ ਇਹ ਆਵਾਜ਼ ਸਿਆਣ ਲੈਂਦੀ ਹੋ ਬਾਈ, ਹੈ ਨਾ? ਹਾਂਜੀ ਹਾਂਜੀ, ਆਵਾਜ਼ ਸਿਆਣ ਲੈਂਦੀ ਬਾਈ। ਦੇਖ ਸਕਦੇ ਆ ਇਹਦੇ ਜਮਾਂਦਰੂ ਹੀ, ਮਤਲਬ ਜਿਹੜੀਆਂ ਵੀ ਅੱਖਾਂ ਹੈ ਨਹੀਂ ਸੀਗੀਆਂ, ਦੋਨੇ ਅੱਖਾਂ ਹੀ ਹੈ ਨਹੀਂ ਇਹਦੇ, ਜਮਾਂਦਰੂ ਬਣ ਗਏ ਨਹੀਂ ਕਹਿਣ ਦਾ ਭਾਵ, ਇਹ ਵਿਚਾਰੀ ਇੱਦਾਂ ਹੀ ਪੈਦਾ ਹੋਈ ਆ। ਤਾਂ ਚਲੋ, ਕਹਿੰਦੇ ਹੁੰਦੇ ਕਰਮ ਹੈ, ਅਤੇ ਬੱਚਾ ਬੁੱਚਾ ਜਮਾਂ ਇੰਡ ਦਿੰਦੀ ਅੰਕਲ ਜੀ, ਹੈ ਨਾ? ਅੱਛਾ, ਠੀਕ ਹੈ, ਚਲੋ ਬਹੁਤ ਸੋਹਣੀ ਗੱਲ ਹੈ। ਅਤੇ ਇਹ ਬਾਬਰ ਦਾ ਬੱਚਾ ਜੀ, ਘੱਲਾਂ ਵਾਲੇ ਦਾ। ਅੱਛਾ, ਬਾਬਰ ਦਾ ਬੱਚਾ ਆ ਗਿਆ ਘੱਲਾਂ ਵਾਲੇ ਦਾ। ਅੱਛਾ, ਇਹ ਵੀ ਮੇਲ ਕਾਫੀ ਹੈ, ਠੀਕ ਹੈ। ਅਤੇ ਇਹਦੀ ਹੈਟ ਕਿੰਨੀ ਹੋਊ ਬਈ ਘੋੜੀ ਦੀ? ਹਾਂ, ਘੋੜੀਆਂ ਸਾਰੀਆਂ ਉੱਚੀਆਂ, ਹੈ ਨਾ? ਅੱਛਾ, ਇਹਦੀ 62 ਇੰਚ ਮਤਲਬ ਹੈਟ ਆ ਵੀਰੇ। ਅਤੇ ਇਹਨੂੰ ਕਿੰਨੇ ਦਿਨ ਹੋ ਗਿਆ ਸੀ? 9-10 ਦਿਨ ਹੋ ਗਏ। ਤਾਂ ਹੁਣ ਫਿਰ ਇਹਨੂੰ ਸਿਲੇ 'ਚ ਹੀ ਮੇਟ ਕਰਵਾਓਗੇ? ਅੱਛਾ, ਮਹੀਨੇ ਤੋਂ ਮਿਲਾਉਣੇ ਹੁੰਦੇ, ਬਾਅਦ 'ਚ ਵੀ ਕਿਤੇ ਸਿਲੇ 'ਚ ਨਹੀਂ ਮਿਲਾਉਂਦੇ, ਹੁਣ ਉਮਰ ਜ਼ਿਆਦਾ ਹੋ ਗਈ। ਅੱਛਾ ਜੀ, ਠੀਕ ਹੈ, ਹੁਣ ਵੀ ਉਮਰ ਵੱਡੀ ਹੋ ਗਈ, 12ਵੇਂ ਸੂਸ ਹੋਈ ਹੈ ਲਗਾਤਾਰ, ਠੀਕ ਹੈ ਜੀ। ਵੀ ਉਹ ਮਹੀਨੇ ਕੁ ਤੱਕ ਵੀ ਤਾਕਤ ਮਤਲਬ ਜਿੰਨੀ ਕੁ ਦੇਣੀ ਆ ਉਹ ਫਿਰ ਮਤਲਬ ਬਣ ਜਾਂਦਾ, 25 ਤਰੀਕ ਨੂੰ ਮਿਲਾਵਾਂਗੇ, ਠੀਕ ਹੈ ਜੀ, 25 ਤਰੀਕ ਨੂੰ ਮਿਲਾ ਦੂੰਗੇ, ਠੀਕ ਹੈ ਜੀ।
ਤਾਂ ਦੁਬਾਰੇ ਨਹੀਂ ਮਹੀਨੇ ਬਾਅਦ ਤੱਕ ਨਾਲ ਹੀ ਮਿਲਾ ਦੇਣਾ ਕਿ ਹੀਟ ਤੇ ਆਉਂਦੀ ਹੈ ਜਿਹੜੀ ਪਹਿਲੀ ਹੀਟ ਆਉਂਦੀ ਹੈ ਡਾਕਟਰ ਆਪਣੇ ਕੋਲੇ ਇੱਥੋਂ ਮਰਦਾਈ ਦਾ ਮੁੰਡਾ ਸਤਨਾ ਨਾ ਅੱਛਾ ਉਹ ਆਪਣੇ ਨਾਲ 2011 ਦਾ ਵਰਤਦਾ ਵਾ ਹਾਂ ਉਹ ਬਹੁਤ ਵਧੀਆ ਕੰਮ ਕਰਦਾ ਠੀਕ ਹੈ ਉਹ ਆਪਣੇ ਮੱਝਾਂ ਮੁੱਝਾਂ ਦੇ ਵੀ ਉਹ ਟੀਕੇ ਭਰਦੇ ਆ ਤੇ ਘੋੜੀਆਂ ਵੀ ਉਹ ਚੈੱਕ ਕਰਕੇ ਮਿਲਾਉਂਦੇ ਜਾ ਕੇ ਡਾਕਟਰ ਸਵੇਰੇ ਅੱਛਾ ਜੀ ਉਹ ਵੀ ਆਪਣੇ ਕੋਲੇ ਪੁਰਾਣੇ ਹੀ ਆਉਂਦੇ ਓਕੇ 97 ਦਾ ਠੀਕ ਹੈ ਤੇ ਹੁਣ ਦੂਜੀ ਗੱਲ ਪੁੱਛੀਏ 97 ਤੋਂ ਆਪਣੇ ਘਰੇ ਨੁਕਰਾ ਘੋੜਾ ਜੋ ਪੰਜਾਬ 'ਚ ਦੋ ਨੁਕਰੇ ਘੋੜੇ ਉਦੋਂ ਆਪਣੇ ਘਰੇ ਨੁਕਰਾ ਘੋੜਾ ਅੱਛਾ ਉਹ ਦਾ ਆਪਣੇ ਘਰੇ ਨੁਕਰਾ ਘੋੜਾ ਸੀ ਹਾਂਜੀ ਹੁਣ ਛੱਡਿਆ 2 ਸਾਲ ਹੋਈ ਹੁਣ ਫਿਰ ਤਿਆਰ ਕਰਾਂਗੇ ਠੀਕ ਹੈ ਤੇ ਕੈਨੇਡਾ ਵਾਲਾ ਕੀੜਾ ਫਿਰ ਕੱਢਤਾ ਬਾਹਰ ਬਾ ਕੈਨੇਡਾ ਜਾਣਾ ਹੀ ਨਹੀਂ ਹੁਣ ਜਾਣਾ ਹੀ ਨਹੀਂ ਠੀਕ ਹੈ ਤੇ ਹੁਣ ਇੱਥੇ ਹੀ ਆ ਤੇ ਹੁਣ ਇਸ ਤੋਂ ਬਾਅਦ ਫਿਰ ਮੈਸਾਂ ਦਾ ਵਧਾ ਰਹੇ ਹਾਂ ਹੁਣ ਨਹੀਂ ਮੈਸਾਂ ਦਾ ਵੀ ਨਾਲ ਘੋੜੀਆਂ ਦਾ ਵਧਾ ਨਾਲ ਘੋੜੀਆਂ ਤੇ ਨਾਲ ਮੈਸਾਂ ਦਾ ਜਾਨੀ ਕਿ ਫਾਰਮ ਵੱਡਾ ਕਰ ਦੇਣਾ ਹਾਂਜੀ ਹਾਂਜੀ ਦੋਨੇ ਪਾਸੇ ਹਾਂਜੀ ਇਹਨੇ ਬਹੁਤ ਬਹੁਤ ਵਧਾਈਆਂ ਵੀਰੇ ਤੇਰੀ ਮਿਹਨਤ ਨੂੰ ਸਲਾਮ ਆ ਯਾਰ ਹਨਾ ਇਦਾਂ ਦੇ ਜੇ ਨੌਜਵਾਨ ਤਾਂ ਪੰਜਾਬ ਵਾਸਤੇ ਸੋਚਣਗੇ ਤਾਂ ਫੇਰ ਹੀ ਕੁਝ ਬਣੂਗਾ ਬਾਈ ਹਨਾ ਤਾਂ ਨਹੀਂ ਤਾਂ ਫਿਰ ਜੇ ਆਪਾਂ ਧਾਰ ਲਈ ਜਾਣਾ ਤਾਂ ਚੱਲ ਜਾਣਾ ਹੀ ਹੁੰਦਾ ਹਨਾ ਉਹ ਗੱਲ ਵੱਖਰੀ ਹੈ ਅੱਛਾ ਇਹ ਸਮੁੰਦਰ ਦਾ ਗਿਆ ਗੋਰੇ ਵਾਲੇ ਦਾ ਠੀਕ ਹੈ ਅੱਛਾ ਇਧਰਲੇ ਪਾਸੇ ਖੜੀ ਆ ਉਹ ਵੀ ਆਪਾਂ ਦੇਖੋ ਓਕੇ ਆ ਵੀ ਚੰਗੀ ਆ ਵਿੱਚ ਵਾਲੀ ਲਾਹੌਰੀ ਦੀ ਆ ਜੀ ਇਸ ਲਾਹੌਰੀ ਦੀ ਆ ਦੁੱਧ ਕਿੰਨਾ ਦਿੱਤਾ ਉਹਨੇ ਇਹ 15-16 ਕਿਲੋ ਵਾਲੀ ਹੈ 15-16 ਕਿਲੋ ਵਾਲੀ ਇਹ ਮੱਝ ਇਹ ਪਹਿਲਾਂ ਇਹ 12 ਕਿਲੋ ਵਾਲੀ ਆ ਇਹ 12 ਕਿਲੋ ਵਾਲੀ ਤੇ ਪਰਲੀ ਉਹ ਇਹਨਾਂ ਦੀ ਮਾਂ ਦੋਨਾਂ ਦੀ ਉਹ 15-16 ਕਿਲੋ ਵਾਲੀ ਅੱਛਾ ਉਹ ਇਹਨਾਂ ਦੀ ਮਾਂ ਗਈ ਦੋਨਾਂ ਦੀ ਉਹ ਤਾਂ ਆਪ ਝੋਟੀ ਲੱਗਦੀ ਹੈ ਜੀ ਹਨਾ ਇਹਨਾਂ ਨੂੰ ਠੀਕ ਹੈ ਤੇ ਅੱਛਾ ਇਧਰਲੇ ਪਾਸੇ ਆ ਕੱਟੀ ਆ ਗਈ ਇਹ ਵੀ ਸਮੁੰਦਰ ਦੀ ਆ ਗਈ ਓਕੇ ਓਕੇ ਠੀਕ ਹੈ ਸੋਹਣੀ ਹੈ ਵੀ ਫੀਮੇਲ ਹਨਾ ਤਾਂ ਬਾਕੀ ਆਓ ਫਿਰ ਥਾਂ ਤੇਰੇ ਕੋਲ ਵਧੀਆ ਹੋਣਾ ਨਾ ਜਿਵੇਂ ਮਰਜ਼ੀ ਫਾਰਮ ਦਾ ਮੈਂ ਉਧਰਲੇ ਪਾਸੇ ਵੀ ਤੇਰਾ ਥਾਂ ਇਧਰਲੇ ਪਾਸੇ ਵੀ ਥਾਂ ਥਾਂ ਅੱਛਾ ਜੀ 6 ਮਹੀਨੇ ਸੈੱਟ ਕਰ ਜਾਂਦਾ ਤਿਆਰੀ ਕਰੀ ਜਾਂਦਾ ਠੀਕ ਹੈ ਜੀ ਚਲੋ ਪ੍ਰਮਾਤਮਾ ਕਿਰਪਾ ਕਰੋ ਤਾਂ ਉਹ ਚੀਜ਼ਾਂ ਸੈੱਟ ਹੋਈ ਜਾਂਦੀਆਂ ਜੀ ਹਨਾ ਤਾਂ ਬਸ ਬੰਦੇ 'ਚ ਮਿਹਨਤ ਅਤੇ ਲਗਨ ਹੋਵੇ ਤਾਂ ਕੰਮ ਕਰਨ ਦਾ ਤਾਂ ਕੰਮ ਵਧੀਆ ਜਾਂਦਾ ਅਤੇ ਬਾਕੀ ਬਾਈ ਘੋੜੀਆਂ ਬਾਕੀ ਮੈਂ ਤੈਨੂੰ ਇੱਕ ਦਿਲ ਦੀ ਗੱਲ ਦੱਸਾਂ ਅਤੇ ਮੈਂ ਬਾਕੀ ਆਪਾਂ ਘਰਾਂ ਦੇ ਵਿੱਚ ਜਾ ਕੇ ਦੇਖੇ ਜਿਹੜਾ ਸਾਰੀਆਂ ਘੋੜੀਆਂ ਦੀ ਚੰਗੀਆਂ ਹਾਈਟਾਂ ਵਾਲੀਆਂ ਮੈਂ ਬਹੁਤ ਘੱਟ ਦੇਖੀਆਂ ਇੱਕ ਅੱਧੀ ਤਾਂ ਆਪਾਂ ਮੰਨੀਆਂ ਪਹਿਲਾਂ ਉਹ ਅੰਦਰ ਵੜ ਦੇਣ ਜਿਹੜੀ ਘੋੜੀ ਉਧਰਲੇ ਪਾਸੇ ਸੰਚਾਪ ਸੂਈ ਵੀ ਆ ਉਹ ਠੀਕ ਆ ਉਹਦਾ ਵੀ ਮੈਂ ਬਾਈ ਨੂੰ ਪਹਿਲਾਂ ਕਰਦੀ ਪੁੱਛਿਆ ਸੀ ਆ ਕੇ ਕਿਉਂਕਿ ਉਹਦਾ ਵੀ ਬਹੁਤ ਡਬਲ ਘੋੜੇ ਵਾਲਾ ਕੰਮ ਜਦੋਂ ਦੇਖਿਆ ਬੱਚਾ ਫਿਰ ਪਤਾ ਲੱਗਿਆ ਵੀ ਇਹ ਵੀ ਘੋੜੀ ਹੈ ਇਵੇਂ ਜਿਹੀ ਘਰੀ ਉਹ ਘੋੜੀ ਨੇ ਕੰਮ ਕੀਤਾ ਤੇ ਘੋੜੀਆਂ ਇਹ ਵੀ ਬਹੁਤ ਵੱਡੀਆਂ ਵਾਲੇ ਉਮਰ ਦੀਆਂ ਵੱਡੀਆਂ ਹੋ ਗਈਆਂ ਹੈਡ ਬਹੁਤ ਸੋਹਣੀ ਹੈ ਜੀ ਹਨਾ ਬਹੁਤ ਚੰਗੀ ਹੈ ਤਾਂ ਹੀ ਕਹਿੰਦੇ ਹੁੰਦੇ ਵੀ ਜੇ ਕੰਮ ਕਰੀਏ ਤਾਂ ਆਪਾਂ ਚੰਗੇ 'ਤੇ ਕਰੀਏ ਤਾਂ ਉਹਦਾ ਵੱਖਰਾ ਨਜ਼ਾਰਾ ਤਾਂ ਫਿਰ ਇਹ ਪਹਿਲਾਂ ਤੋਂ ਜਿਹੜਾ ਘੋੜੀਆਂ ਦਾ ਆਪਣਾ ਰਵਾ ਜਿਵੇਂ ਤੁਸੀਂ ਦੱਸਦੇ ਵੀ ਪੁਰਾਣਾ ਘੋੜਾ ਹੁੰਦਾ ਸੀ ਆਪਣੇ ਕੋਲ ਇਹ ਘਰ ਦੇ ਹੀ ਚੱਲਦਾ ਹੁੰਦਾ ਓਕੇ ਅੱਛਾ ਉਧਰਲੀ ਘੋੜੀ ਵੀ ਇਹ ਸਾਰੇ ਘਰ ਦੇ ਰਵੇ 'ਚ ਆ ਗਿਆ ਅੱਛਾ ਅੱਛਾ ਠੀਕ ਹੈ ਉਹ ਊਂ ਲਿਆਂਦੀ ਆਪਾਂ ਠੀਕ ਹੈ ਵੀ ਚਲੋ ਚੰਗੀ ਸੇਵਾ ਕਰਨ ਵਾਸਤੇ ਚੰਗੀ ਹੁੰਦੀ ਓਕੇ ਠੀਕ ਹੈ ਜੀ ਹੁਣ ਦੁਬਾਰੇ ਮਿਲਾਉਣੀ ਹੈ ਜੀ ਅੱਛਾ ਜੀ ਠੀਕ ਹੈ ਜੀ ਤਾਂ ਚਲੋ ਬਹੁਤ ਵਧੀਆ ਗੱਲ ਆ ਜੀ ਅਤੇ ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਜੀ ਤਾਂ ਬਾਕੀ ਜਿਹੜਾ ਨਹੀਂ ਨਹੀਂ ਧੰਨਵਾਦ ਆ ਤੁਹਾਡਾ ਜਿਹੜਾ ਸਾਨੂੰ ਅੱਜ ਮੌਕਾ ਦਿੱਤਾ ਤੁਸੀਂ ਇੱਥੇ ਆਉਣ ਦਾ ਹਨਾ ਤਾਂ ਇੰਨੇ ਸੋਹਣੇ ਜਾਨਵਰ ਦੇਖੇ ਤੇ ਨਹੀਂ ਤਾਂ ਉਹੀ ਗੱਲ ਆ ਕਹਿਣ ਦਾ ਭਾਵੇਂ ਇਹਨਾਂ ਕਰਮ ਵਾਲਿਆਂ ਦੇ ਨਾਲ ਹੀ ਮਨੋਰੰਜਨ ਹੁੰਦਾ ਰਹਿੰਦਾ ਦੇਖਦੇ ਹੁਣ ਕਿੰਨੀਆਂ ਸੋਹਣੀਆਂ ਚੀਜ਼ਾਂ ਜਿਹੜੀਆਂ ਤਾਂ ਆਪਾਂ ਨੂੰ ਪਤਾ ਹੀ ਨਹੀਂ ਸੀ ਹੁਣ ਉਹ ਵੀ ਚੀਜ਼ਾਂ ਦਾ ਪਤਾ ਲੱਗਿਆ ਵੀ ਲੈ ਭਰਾ ਆਪਣਾ ਯਾਰ ਕਿੰਨੀਆਂ ਸੋਹਣੀਆਂ ਚੀਜ਼ਾਂ ਰੱਖੀ ਬੈਠਾ ਨਾ ਕੋਈ ਉਹੀ ਗੱਲ ਨਾ ਬਿਲਕੁਲ ਆਪਣੇ ਕੋਲ ਵੀ ਹੁਣ 3 ਘੋੜੀਆਂ ਹੋ ਗਈਆਂ ਹੌਲੀ ਹੌਲੀ ਚੱਲ ਤੁਹਾਡੇ ਵਰਗੇ ਭਰਾ ਮਿਲ ਗਏ ਹੁਣ ਚਸਕਾ ਵੱਧ ਜੂਗਾ ਹੌਲੀ ਹੌਲੀ ਹਨ ਤਾਂ ਵੱਧ ਰੱਖਾਂਗੇ ਅੱਛਾ ਚੱਬੇ ਪਿੰਡ ਦੀ ਪ੍ਰਧਾਨਗੀ ਵੀ ਇਸੇ ਵੀਰ ਨੂੰ ਹੀ ਆਪਣੇ ਨੂੰ ਦਿੱਤੀ ਆ ਤਾਂ ਇਹ ਪਿੰਡ ਆਪਣਾ ਚੱਬੇ ਸੀ ਨਾ ਹਾਂਜੀ ਹਾਂਜੀ ਤਾਂ ਬਾਕੀ ਧੰਨਵਾਦ ਸਾਰਿਆਂ ਦਾ ਵੀਡੀਓ ਵੀ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਇੱਦਾਂ ਦੀ ਜਿਹੜੀ ਸ਼ੌਂਕੀ
ਮੁੰਡੇ ਹੁੰਦੇ ਆ, ਠੀਕ ਹੈ, ਇਹਨਾਂ ਨੂੰ ਵੱਧ ਦੇਖੋ, ਵੱਧ ਸ਼ੇਅਰ ਕਰੋਗੇ, ਕਮੈਂਟ ਕਰੋਗੇ, ਬੰਦੇ ਪੜ੍ਹਨਗੇ, ਹੌਸਲਾ ਮਿਲਦਾ, ਦੁੱਗਣਾ ਜ਼ਿਆਦਾ ਅਗਲਾ ਕੰਮ ਕਰਦਾ, ਹੈ ਨਾ, ਠੀਕ ਹੈ, ਪਾਉਣ ਦੀ ਕੰਮ ਹੈ। ਇਹਨਾਂ ਨੂੰ ਦੇਖ ਕੇ ਹੋਰ ਬਥੇਰੇ ਮੁੰਡੇ ਆ ਜਿਹੜੇ ਇਹਨਾਂ ਨੂੰ ਦੇਖ ਕੇ ਕਹਿਣਗੇ ਵੀ, ਕਿਉਂਕਿ ਜਦੋਂ ਇੱਕ ਬੰਦਾ ਕਰ ਸਕਦਾ ਕੰਮ ਸਾਰੇ ਕਰ ਸਕਦੇ ਆ, ਪਰ ਇੱਕ ਬਸ ਮਿਹਨਤ ਕਰਨ ਦਾ ਅਤੇ ਲਗਨ ਹੋਵੇ ਬੰਦੇ 'ਚ ਕੰਮ ਕਰਨ ਦੀ, ਤਾਂ ਦੁਨੀਆ ਤੁਸੀਂ ਜਦੋਂ ਮਰਜ਼ੀ ਜਿੱਤ ਲਓ।